ਸਤਿ ਸ਼੍ਰੀ ਅਕਾਲ ਐਵਰੀਵਨ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ? ਹੋਪਫੁਲੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵੈਲਕਮ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਜਸਰਸ਼ 'ਤੇ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ, ਅੱਜ ਵੀਕ ਦਾ ਹੈਗਾ ਹੈ ਡੇ 5। ਸੋ ਅੱਜ ਵੀ ਆਪਾਂ ਅਰਸ਼ ਦੇ ਲਈ ਸਰਪ੍ਰਾਈਜ਼ ਗਿਫਟਸ ਲੈ ਕੇ ਜਾਵਾਂਗੇ ਐਂਡ ਦੇਖਾਂਗੇ ਉਹਦਾ ਰਿਐਕਸ਼ਨ। ਐਂਡ ਕੱਲ੍ਹ ਨੂੰ ਹੈਗਾ ਹੈ ਅਰਸ਼ ਦਾ ਬਰਥਡੇ, ਸੋ ਜੋ ਵੀ ਸੈਲੀਬ੍ਰੇਟ ਹੋਏਗਾ ਤੁਹਾਨੂੰ ਨੈਕਸਟ ਵਲੌਗਸ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਐਂਡ ਸੋ ਆਓ ਚੱਲੀਏ ਅਰਸ਼ ਨੂੰ ਗਿਫਟਸ ਦਿੰਦੇ ਹਾਂ ਐਂਡ ਦੇਖਦੇ ਉਹਦਾ ਰਿਐਕਸ਼ਨ। ਆਓ ਚੱਲੀਏ। ਬੜੀ ਵੱਡੀ ਗੱਲ ਹੈ ਕਿ ਅਰਸ਼ ਦੇ ਬਰਥਡੇ ਵਾਲੇ ਦਿਨ ਬਾਬਾ ਜੀ ਦਾ ਗੁਰਪੁਰਬ ਆਇਆ। ਸੋ ਇਹ ਬੜੀ ਮਾਣ ਵਾਲੀ ਗੱਲ ਹੈ। ਸਾਡੇ ਗੁਰਪੁਰਬ ਵਾਲੇ ਦਿਨ ਗੋਲਡਨ ਟੈਂਪਲ 'ਚ ਬਹੁਤ ਜ਼ਿਆਦਾ ਸੰਗਤ ਹੁੰਦੀ, ਬਹੁਤ ਜ਼ਿਆਦਾ। ਕੱਲ੍ਹ ਰਾਤੀ ਆਤਿਸ਼ਬਾਜ਼ੀ ਵੀ ਹੋਏਗੀ ਉੱਥੇ ਦੀ, ਹੈ ਨਾ? ਉਹ ਬਹੁਤ ਅੱਛਾ ਹੁੰਦਾ ਆਤਿਸ਼ਬਾਜ਼ੀ ਦਾ ਨਜ਼ਾਰਾ, ਸਾਡੇ ਟੈਰਿਸ ਤੋਂ ਨਜ਼ਰ ਵੀ ਆਉਂਦਾ। ਉਹ ਜੇ ਹੋਇਆ ਤਾਂ ਕੱਲ੍ਹ ਦੇ ਵਲੌਗ 'ਚ ਵੀਡੀਓ ਵੀ ਬਣਾ ਕੇ ਤੁਹਾਨੂੰ ਸ਼ੋਅ ਕਰਾਂਗੇ। ਬਹੁਤ ਅੱਛਾ ਨਜ਼ਾਰਾ ਹੁੰਦਾ, ਉਹ ਚੀਜ਼ ਨਾ ਦੇਖਣ ਵਾਲੀ ਹੁੰਦੀ, ਇੰਨਾ ਅੱਛਾ ਸੀਨ ਹੁੰਦਾ। ਐਂਡ ਉਸੋ ਦਿਖਾਵਾਂਗੇ ਕੱਲ੍ਹ ਦਾ ਬਰਥਡੇ ਸਰਪ੍ਰਾਈਜ਼ ਬਿਗ ਬਿਗ ਸਰਪ੍ਰਾਈਜ਼ ਹੋਣਗੇ ਕੱਲ੍ਹ ਤੇ। ਮੈਂ ਠੀਕ ਨਹੀਂ ਹੈਗਾ। ਨਹੀਂ, ਤੁਸੀਂ ਠੀਕ ਹੋ, ਮੈਨੂੰ ਪਤਾ। ਮੈਂ ਦਵਾਈ ਦਿੱਤੀ ਸੀ ਤੁਹਾਨੂੰ, 3 ਟਾਈਮ ਦਵਾਈ ਦਿੱਤੀ ਤੁਹਾਨੂੰ ਮੈਂ। ਤੇ ਐਂਡ ਆਪਣਾ ਕੀ ਦੋਗੇ ਕੱਲ? ਕੀ ਦੋਗੇ? ਕੁਛ ਨਹੀਂ, ਹੁਣ 5 ਦਿਨ ਮਿਲ ਗਏ ਆ। ਤੁਸੀਂ 6 ਦਿਨ ਕਿਹਾ ਸੀ, ਕੱਲ 6ਵਾਂ ਦਿਨ ਦਾ।
कल देखांगे, कल आंदा, कल हजे चढ़िया थोड़ी, हजे आज मिलेगा, आई एम श्योर मिलेगा। एंड गाइज हूँ मैं जा रही अपने मामा घर, क्योंकि मेरे जो मेहंदी वाले भैया ने उन्होंने उधर आना है, इन्होंने राती 12 बजे कुछ सरप्राइज प्लान करना है, इस करके मैं मेरे मॉम घर पे ना मैं मेरे मॉम घर भेजा जा रहा है, फिर मैं मेहंदी वाले भैया उत्थे बुला लिया, हूँ मैं उत्थे जाऊँगी मेहंदी लगवाऊंगी। तो कल दे व्लॉग च मेहंदी का भी सीन प्रोवाइड करांगे थोड़ा जिहा कि किवें दी लगदी है, ते नाल ही मेरी करवा चौथ दी मेहंदी भी लग जूगी। एंड ऑलसो कल गुरपुरब है, ओदियां तुहानू सब नूं लख लख वधाइयां और बहुत बहुत मुबारकां तुहानू सब नूं। बाकी दस दो जे गल दा कुछ दसना दे। नहीं कुछ नहीं दसना है, ही नहीं कुछ दसी है की कर दो। कल मैं तैनूं कहा जे 6 घंटे पूरे पए कल वास्ते। थैंक यू सो मच गाइज, सी यू टुमारो, लव यू।